ਤਸਵੀਰਾਂ ਦੇ ਵਿੱਚ ਮੱਚ ਰਹੇ ਅੱਗ ਦੇ ਭਾਂਬੜ। ਇਸ ਅੱਗ ਦੇ ਭਾਂਬੜਾਂ ਨੇ ਆਲੀਸ਼ਾਨ ਘਰ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ। ਦੇਖਦੇ ਹੀ ਦੇਖਦੇ ਸਾਰਾ ਘਰ ਰਾਖ ਹੋ ਗਿਆ ਔਰ ਇਸ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਪਹਾੜਾਂ ਦੇ ਵਿੱਚ ਇਹ ਆਲੀਸ਼ਾਨ ਘਰ ਨੂੰ ਬਣਾਇਆ ਗਿਆ ਸੀ। 3 ਮੰਜ਼ਿਲਾ ਇਮਾਰਤ ਸੀ ਜੋ ਅੱਗ ਦੀ ਲਪੇਟ ਵਿੱਚ ਆ ਗਈ। ਹਾਲਾਂਕਿ ਲੋਕਾਂ ਦੇ ਵੱਲੋਂ ਆਪਣੇ ਪੱਧਰ 'ਤੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਅੱਗੇ ਤੋਂ ਅੱਗੇ ਫੈਲਦੀ ਗਈ। ਜ਼ਿਆਦਾਤਰ ਲੱਕੜ ਦਾ ਘਰ ਬਣਿਆ ਹੋਣ ਕਰਕੇ ਅੱਗ ਨਹੀਂ ਬੁਝੀ ਔਰ ਸਾਰਾ ਸਮਾਨ ਸਣੇ ਘਰ ਸੜ ਕੇ ਸਵਾਹ ਹੋ ਗਿਆ। ਇਹ ਤਸਵੀਰਾਂ ਜੰਮੂ ਕਸ਼ਮੀਰ ਦੇ ਕਿਸ਼ਤਵੜ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸਾਹਮਣੇ ਆਈਆਂ ਨੇ। ਸ਼ਾਰਟ ਸਰਕਟ ਦੇ ਨਾਲ ਇਹ ਅੱਗ ਦੇ ਭਾਂਬੜ ਮੱਚੇ ਨੇ ਜੋ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ। 3 ਮੰਜ਼ਿਲਾ ਇਹ ਘਰ ਸੀ ਔਰ ਜਿਸ ਦਾ ਇਹ ਘਰ ਸੀ ਉਸ ਦੀਆਂ ਅੱਖਾਂ ਦੇ ਮੂਹਰੇ ਉਸਦਾ ਆਲੀਸ਼ਾਨ ਰਹਿਣ ਵਸੇਰਾ ਸੜ ਕੇ ਸਵਾਹ ਹੋ ਗਿਆ। ਤਾਂ ਦੱਸ ਦਈਏ ਕਿ ਪਹਾੜਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਸੀ। ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਪਾਈਪਾਂ ਦੇ ਨਾਲ ਇਸ ਅੱਗ 'ਤੇ ਪਾਣੀ ਦਾ ਛਿੜਕਾਓ ਕੀਤਾ ਪਰ ਅੱਗ ਨਹੀਂ ਬੁਝੀ। ਜਦੋਂ ਤੱਕ ਅੱਗ ਬੁਝੀ ਉਦੋਂ ਤੱਕ ਇਹ ਸਾਰਾ ਘਰ ਰਾਖ ਹੋ ਚੁੱਕਿਆ ਸੀ। ਘਰ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਇੱਕ ਆਲੀਸ਼ਾਨ ਘਰ ਜੋ ਪਹਾੜਾਂ ਦੇ ਵਿੱਚ ਬਣਿਆ ਹੋਇਆ, ਉਸ ਨੂੰ ਭਿਆਨਕ ਅੱਗ ਲੱਗੀ। ਅੱਗ ਦੀਆਂ ਲਾਟਾਂ ਧੂੰਆਂ ਅਸਮਾਨੀ ਚੜ੍ਹਦਾ ਜਾ ਰਿਹਾ। ਲੋਕਾਂ ਦੇ ਵੱਲੋਂ ਆਪਣੇ ਪੱਧਰ 'ਤੇ ਪਾਣੀ ਦੇ ਨਾਲ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨਹੀਂ ਬੁਝੀ ਤਾਂ ਸੜ ਕੇ ਸਵਾਹ ਹੋ ਗਿਆ। ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਘਰ ਦੇ ਮਾਲਕ ਦੇ ਸਾਹਮਣੇ ਉਸਦਾ ਆਲੀਸ਼ਾਨ ਘਰ ਸੜ ਕੇ ਸਵਾਹ ਹੋ ਗਿਆ। ਬਲਾਸਟ ਹੋਣਾ ਦੇਖ। ਉਹ ਕੁਝ ਨਹੀਂ ਹੋਣਾ ਯਾਰ, ਹੌਸਲਾ ਹੌਸਲਾ।
ਕਿਤੇ ਅਟਕੋ ਅੰਦਰ 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 ਬੁਨਮਿਲ ਟਾਈਪ ਠੀਕ ਅੰਦਰ।